ਹਰਿਆਣੇ ਦੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਓਮ ਪ੍ਰਕਾਸ਼ ਧਨਖੜ ਦੀ ਅਗਲੀ ਝੋਨਾ ਸੀਜ਼ਨ 2018 ਤੋਂ ਪਹਿਲਾਂ ਪਰਾਲੀ ਪ੍ਰਬੰਧਨ ਦੀ ਹਰਿਆਣਾ ਦੀ ਵਚਨਬੱਧਤਾ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਭਾਰਤੀ ਤੇਲ ਨਿਗਮ ਨੇ ਪਾਣੀਪਤ ਸਥਿਤ ਆਪਣੀ ਰਿਫਾਈਨਰੀ ਵਿੱਚ 900 ਕਰੋੜ ਤੋਂ ਜ਼ਿਆਦਾ ਦੇ ਨਿਵੇਸ਼ ਦੇ ਨਾਲ 100 ਕਿਲੋਲੀਟਰ ਪ੍ਰਤੀ ਦਿਨ ਇਥਨੋਲ ਉਤਪਾਦਨ ਦਾ ਇੱਕ ਯੰਤਰ ਲਗਾਉਣ ਲਈ ਸਮਝੌਤੇ 'ਤੇ ਹਸਤਾਖਰ ਕੀਤੇ। ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨੇ ਇਸ ਪਹਿਲ ਲਈ ਕੇਂਦਰੀ ਪੈਟਰੋਲੀਅਮ ਰਾਜ ਮੰਤਰੀ ਧਮੇਜਿੰਦਰ ਪ੍ਰਧਾਨ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਗੁਜ਼ਾਰਿਸ਼ ਨੂੰ ਅਮਲੀ ਜਾਮਾ ਪਹਿਨਾਇਆ। ਉਨ੍ਹਾਂ ਨੇ ਦੱਸਿਆ ਕਿ ਅਕਤੂਬਰ ਨਵੰਬਰ ਵਿੱਚ ਝੋਨੇ ਦੀ ਪਰਾਲੀ ਦਾ ਸੀਜ਼ਨ ਆਉਣ ਵਾਲਾ ਹੈ, ਉਸ ਦੇ ਬਾਅਦ ਗੰਨੇ ਦਾ ਸੀਜ਼ਨ ਆਉਣਾ ਹੈ। ਇਸ ਦੇ ਲਈ ਇਸ ਯੰਤਰ ਵਿੱਚ ਠੋਸ ਬਾਲਣ ਦੀ ਉਪਲਬਧਤਾ ਨਿਰੰਤਰ ਹੁੰਦੀ ਰਹੇਗੀ, ਜੋ ਕਿ ਭਾਰਤੀ ਤੇਲ ਨਿਗਮ ਦੀ ਚੰਗੀ ਪਹਿਲ ਹੈ। ਮੰਤਰਾਲੇ ਕਾ ਇੱਕ ਅਨੁਬੰਧ ਹੁਆ ਹੈ, ਹਮਾਰਾ ਇੰਡੀਅਨ ਆਇਲ ਕਾਰਪੋਰੇਸ਼ਨ ਪਾਣੀਪਤ ਮੇਂ 100 ਕਿਲੋ ਲੀਟਰ ਪਰ ਡੇ ਕਾ ਇੱਕ ਪਲਾਂਟ ਜੋ ਹੈ ਇਥਨੋਲ ਬਣਾਉਣੇ ਕਾ ਲਗਾ ਰਹਾ ਹੈ, ਜਿਸ ਮੇਂ ਵੋ 2 ਲੱਖ ਮੀਟ੍ਰਿਕ ਟਨ ਹਮਾਰੀ ਜੋ ਪਰਾਲੀ ਹੈ ਵੋ ਇਸਤੇਮਾਲ ਕਰੇਗਾ ਔਰ ਕਿਸਾਨੋਂ ਕੋ ਉਸਕੇ ਅੱਛੇ ਭਾਵ ਦੇਗਾ। ਇਹ ਇੱਕ ਬਹੁਤ ਹੀ ਅੱਛੀ ਸ਼ੁਰੂਆਤ ਹੈ ਦੋਨੋਂ ਤਰ੍ਹਾਂ ਸੇ, ਜਹਾਂ ਕਿਸਾਨੋਂ ਕੋ ਪਰਾਲੀ ਕੇ ਅੱਛੇ ਦਾਮ ਮਿਲੇਂਗੇ ਔਰ ਹਮਾਰੀ ਪਰਾਲੀ ਜੋ ਹੈ ਇੱਕ ਬੜੇ ਇਲਾਕੇ ਕੀ ਉਸਮੇਂ ਕੰਜ਼ਿਊਮ ਹੋਗੀ ਔਰ ਕਿਸਾਨੋਂ ਕੀ ਆਮਦਨੀ ਵੀ ਬਢੇਗੀ ਔਰ ਵਹੀਂ ਜਹਾਂ ਪੈਟਰੋਲੀਅਮ ਪਦਾਰਥ ਹਮਕੋ ਬਾਹਰ ਸੇ ਆਯਾਤ ਕਰਨੇ ਪੜਤੇ ਹੈ ਤੋ ਉਸਮੇਂ ਕੋ ਇਥਨੋਲ ਮਿਲੇਗਾ ਉਸਮੇਂ ਔਰ ਉਸਕੇ ਕਾਰਨ ਸੇ ਪੈਟਰੋਲੀਅਮ ਪਦਾਰਥੋਂ ਪਰ ਹੋਣੇ ਵਾਲੇ ਖਰਚ ਹੋਣੇ ਵਾਲੀ ਪੂੰਜੀ ਵੀ ਜੋ ਹੈ ਵੋ ਕਮ ਹੋਗੀ ਔਰ ਇਹ ਪਾਣੀਪਤ ਮੇਂ ਪਲਾਂਟ ਲੱਗ ਰਿਹਾ ਹੈ, ਹਰਿਆਣਾ ਕੇ ਕਿਸਾਨੋ ਕੀ ਪਰਾਲੀ ਕਾ ਇਸਤੇਮਾਲ ਹੋਗਾ ਤੋ ਇਹ ਹਰਿਆਣਾ ਕੇ ਲੀਏ ਬਹੁਤ ਹੀ ਪ੍ਰਸੰਨਤਾ ਕੀ ਬਾਤ ਹੈ। ਮੈਂ ਹਰਿਆਣਾ ਕੇ ਸਮਸਤ ਕਿਸਾਨੋ ਕੋ ਔਰ ਹਰਿਆਣਾ ਵਾਸੀਓ ਕੋ ਇਸਕੇ ਲੀਏ ਵਧਾਈ ਦੇਤਾ ਹੂੰ। 950 ਕਰੋੜ ਰੁਪਿਆ ਜੋ ਹੈ ਹਮਾਰੀ ਇੰਡੀਅਨ ਆਇਲ ਕਾਰਪੋਰੇਸ਼ਨ ਇਸਕੇ ਲੀਏ ਵਿਅਯ ਕਰਨੇ ਵਾਲੀ ਹੈ।